ਹਾਲਾਤ ਆ ਜਿਹੜੇ ਪੰਜਾਬ ਦੇ ਰਜਵਾਹਿਆਂ ਦੇ, ਪੰਜਾਬ ਦੇ ਖਾਲਾਂ ਦੇ, ਇੱਕ ਬੰਦਾ ਨਹੀਂ ਲੰਘ ਸਕਦਾ ਅਤੇ ਪਾਣੀ ਕਿਵੇਂ ਲੰਘ ਜੂ ਉੱਥੋਂ? ਅਤੇ ਕ੍ਰਿਸ਼ਨ ਕੁਮਾਰ ਵੱਲੋਂ ਇਹ ਪੇਸ਼ ਕੀਤਾ ਜਾ ਰਿਹਾ ਕਿ ਮੇਰੇ ਤਾਂ ਮੈਂ ਤਾਂ ਮਹਿਕਮੇ ਦਾ ਸੈਕਟਰੀ ਹੋਣ ਦੇ ਨਾਤੇ ਬਹੁਤ ਵਧੀਆ ਹਾਲਾਤ ਬਣਾ ਤੇ, ਸਰਕਾਰ ਨੂੰ ਵੀ ਮੈਂ ਚਾਹੂੰਗਾ ਕਿ ਸਰਕਾਰ ਨੂੰ ਗੁੰਮਰਾਹ ਕੀਤਾ ਜਾ ਰਿਹਾ ਕ੍ਰਿਸ਼ਨ ਕੁਮਾਰ ਵੱਲੋਂ। ਪਰ ਜੇ ਪੰਜਾਬ ਦੇ ਸਾਰੇ ਏਰੀਏ ਵਿੱਚ ਗੱਲ ਕਰਾਂਗੇ ਤਾਂ ਸਾਰੇ ਏਰੀਏ 'ਚ ਨਹੀਂ ਪਾਣੀ ਪਹੁੰਚਿਆ ਜੀ। ਉਸੇ ਆਧਾਰ 'ਤੇ ਇਹਨਾਂ ਨੇ ਮੈਨੂੰ ਸਸਪੈਂਡ ਕਰਤਾ, ਮੇਰੇ 200 ਪਟਵਾਰੀਆਂ ਦੀ ਚਾਰਜਸ਼ੀਟ ਕਰਤੀ। ਨਹਿਰੀ ਪਟਵਾਰੀ ਯੂਨੀਅਨ ਵੱਲੋਂ ਲਗਾਤਾਰ ਪੰਜਾਬ ਦੇ ਪਾਣੀਆਂ ਦਾ ਮਸਲਾ ਚੁੱਕਿਆ ਜਾ ਰਿਹਾ। ਲਗਾਤਾਰ ਪੰਜਾਬ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਿ ਟੇਲ ਐਂਡ ਤੱਕ ਅਸੀਂ ਪਾਣੀ ਪਹੁੰਚਾ ਦਿੱਤਾ, ਲੇਕਿਨ ਕੁਛ ਗੰਭੀਰ ਆਰੋਪ ਨਹਿਰੀ ਪਟਵਾਰੀ ਯੂਨੀਅਨ ਵੱਲੋਂ ਲਗਾਤਾਰ ਲਗਾਏ ਜਾ ਰਹੇ ਨੇ ਕਿ ਜਿਹੜਾ ਡੇਟਾ ਪੇਸ਼ ਕੀਤਾ ਜਾ ਰਿਹਾ ਉਹ ਫੇਕ ਹੈਗਾ, ਤਾਂ ਫੇਕ ਡਾਟਾ ਬਣਾਉਣ ਦੇ ਲਈ ਜਿਹੜਾ ਹੈਗਾ ਮਜਬੂਰ ਕੀਤਾ ਜਾ ਰਿਹਾ ਪਟਵਾਰੀ ਜਿਹੜੇ ਹੈਗੇ ਆ ਨਹਿਰੀ ਉਹਨਾਂ ਨੂੰ, ਤਾਂ ਇਹਦੇ ਕਰਕੇ ਕਾਰਵਾਈ ਵੀ ਕੁਛ ਪਟਵਾਰੀਆਂ ਦੇ ਉੱਤੇ ਕਰ ਦਿੱਤੀ ਗਈ ਹੈ। ਤਾਂ ਸਾਡੇ ਨਾਲ ਇੱਥੇ ਨਹਿਰੀ ਪਟਵਾਰੀ ਯੂਨੀਅਨ ਦੇ ਪ੍ਰਧਾਨ ਨੇ ਜਸਕਰਨ ਸਿੰਘ ਨਾਲ ਗੱਲਬਾਤ ਕਰਦੇ ਹਾਂ। ਪ੍ਰਧਾਨ ਸਾਹਿਬ, ਐਸਾ ਕੀ ਕਾਰਨ ਹੋਇਆ ਕਿ ਚੰਡੀਗੜ੍ਹ ਵਿੱਚ ਆ ਕੇ ਤੁਹਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ, ਹਾਲਾਂਕਿ ਤੁਸੀਂ ਆਪ ਮੇਰੇ ਖਿਆਲ ਸਸਪੈਂਡ ਚੱਲ ਰਹੇ ਹੋ, ਤੁਹਾਡੇ 'ਤੇ ਬੜੀ ਕਾਰਵਾਈ ਕੀਤੀ ਗਈ ਆ, ਤੁਹਾਡੇ ਖਿਲਾਫ਼ ਬੜੇ ਸਖ਼ਤ ਲਹਿਜ਼ੇ ਦੇ ਵਿੱਚ ਦੇਖ ਰਹੇ ਨੇ ਕ੍ਰਿਸ਼ਨ ਕੁਮਾਰ ਸੈਕਟਰੀ ਨੇ ਤੁਹਾਡੇ, ਕਾਰਨ ਕੀ ਹੈ? ਸਰ, ਪਿਛਲੇ ਦਿਨਾਂ ਤੋਂ ਇੱਕ ਪੰਜਾਬ ਦੇ ਵਿੱਚ ਬੜਾ ਵੱਡਾ ਮੁੱਦਾ ਚੱਲ ਰਿਹਾ ਪੰਜਾਬ ਦੇ ਪਾਣੀਆਂ ਦਾ, ਤਾਂ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਵਾਟਰ ਸੋਰਸ ਦੇ, ਜਲ ਸਰੋਤ ਵਿਭਾਗ ਪੰਜਾਬ ਦੇ, ਅਤੇ ਕ੍ਰਿਸ਼ਨ ਕੁਮਾਰ ਜੀ IAS, ਇਹਨਾਂ ਵੱਲੋਂ ਪੰਜਾਬ ਦੇ ਪਟਵਾਰੀਆਂ ਦੇ ਉੱਤੇ ਪਿਛਲੇ ਦਿਨਾਂ ਤੋਂ ਦਬਾਅ ਬਣਾਇਆ ਜਾ ਰਿਹਾ ਸੀ ਕਿ ਜਿਵੇਂ ਤੁਹਾਨੂੰ ਭਲੀ ਭਾਂਤੀ ਪਤਾ ਕਿ ਪੰਜਾਬ ਦੇ ਖੇਤਾਂ ਦੇ ਵਿੱਚ 20-21% ਪਾਣੀ ਲੱਗ ਰਿਹਾ, ਅਤੇ ਕ੍ਰਿਸ਼ਨ ਕੁਮਾਰ ਵੱਲੋਂ ਇਹ ਦਬਾਅ ਬਣਾਇਆ ਜਾ ਰਿਹਾ ਸੀ ਵਟਸਐਪ ਗਰੁੱਪਾਂ ਦੇ ਵਿੱਚ, ਕਿਉਂਕਿ ਲਿਖਤੀ ਪੜ੍ਹਤੀ ਉਹ ਬਹੁਤ ਮਤਲਬ IAS ਆਪਣੇ ਆਪ ਨੂੰ ਬਹੁਤ IAS ਅਫਸਰ ਕਹਾਉਂਦੇ ਆ ਤੇਜ਼ ਤਰਾਰ, ਅਤੇ ਉਹ ਲਿਖਤੀ ਪੜ੍ਹਦੀ ਕੁਛ ਨਹੀਂ ਮਤਲਬ ਲਿਖਤੀ ਨਹੀਂ ਕਰਦੇ, ਉਹ ਵਟਸਐਪ ਗਰੁੱਪਾਂ ਦਾ ਸਹਾਰਾ ਲੈ ਕੇ ਆਦੇਸ਼ ਜਾਰੀ ਕਰਦੇ ਆ, ਮੂੰਹ ਜ਼ਬਾਨੀ ਆਦੇਸ਼ ਜਾਰੀ ਕਰਦੇ। ਕੀ ਦਿਖਾਉਣਾ ਚਾਹ ਰਹੇ ਇਹ? ਸਰ, ਮੈਂ ਪੰਜਾਬ ਦੇ ਜਿਹੜੇ ਹਾਲਾਤ ਆ, ਪੰਜਾਬ ਦੇ ਰਜਵਾਹਿਆਂ ਦੇ, ਮਾਈਨਰਾਂ ਦੇ, ਖਾਲਾਂ ਦੇ ਜਿਹੜੇ ਹਾਲਾਤ ਆ, ਇਹ ਹਾਲਾਤ ਆ ਜੀ, ਅਸੀਂ ਸਰਕਾਰ ਨੂੰ ਜਰਾ ਕਲੋਜ਼ ਕਰਕੇ ਦਿਖਾ ਦਿਓ, ਕਿਉਂਕਿ ਇਹ ਅਗਰ ਦਿਖਾ ਰਹੇ ਨੇ ਤਾਂ ਇਹ ਚੀਜ਼ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ, ਕਿਉਂਕਿ ਨਹਿਰੀ ਪਟਵਾਰੀ ਨੇ ਇਹਨਾਂ ਨੂੰ ਜ਼ਿਆਦਾ ਚੀਜ਼ਾਂ ਦਾ ਪਤਾ ਹੁੰਦਾ, ਕਲੋਜ਼ਲੀ ਦੇਖਦੇ ਰਹਿੰਦੇ ਨੇ, ਇਹਨਾਂ ਕੋਲ ਸ਼ਿਕਾਇਤਾਂ ਬਹੁਤ ਆਉਂਦੀਆਂ, ਇਹ ਸ਼ਿਕਾਇਤਾਂ ਦੇ ਰੂਪ ਦੇ ਵਿੱਚ ਆਏ ਆ? ਹਾਂਜੀ ਸਰ, ਇਹ ਹਾਲਾਤ ਆ ਜਿਹੜੇ ਪੰਜਾਬ ਦੇ ਰਜਵਾਹਿਆਂ ਦੇ, ਪੰਜਾਬ ਦੇ ਖਾਲਾਂ ਦੇ, ਇਹ ਤਾਂ ਬੜਾ ਹਾਲ ਹੈ ਇੱਥੇ ਤਾਂ। ਦੇਖੋ ਸਰ, ਜਿੱਥੋਂ ਦੀ ਪਾਣੀ ਇੱਕ ਬੰਦਾ ਨਹੀਂ ਲੰਘ ਸਕਦਾ ਅਤੇ ਪਾਣੀ ਕਿਵੇਂ ਲੰਘ ਜੂ ਉੱਥੋਂ ਦੀ? ਆਹ ਤੁਹਾਡੀ, ਤੁਸੀਂ ਦੇਖੋ ਕੀ ਹਾਲਾਤ ਆ ਪੰਜਾਬ ਦੇ ਜਿਹੜੇ ਕਸਾਂ ਦੇ, ਅਤੇ ਕ੍ਰਿਸ਼ਨ ਕੁਮਾਰ ਵੱਲੋਂ ਇਹ ਪੇਸ਼ ਕੀਤਾ ਜਾ ਰਿਹਾ ਕਿ ਮੇਰੇ ਤਾਂ ਮੈਂ ਤਾਂ ਮਹਿਕਮੇ ਦਾ ਸੈਕਟਰੀ ਹੋਣ ਦੇ ਨਾਤੇ ਬਹੁਤ ਵਧੀਆ ਹਾਲਾਤ ਬਣਾ ਤੇ, ਸਰਕਾਰ ਨੂੰ ਵੀ ਮੈਂ ਚਾਹੂੰਗਾ ਕਿ ਸਰਕਾਰ ਨੂੰ ਗੁੰਮਰਾਹ ਕੀਤਾ ਜਾ ਰਿਹਾ ਕ੍ਰਿਸ਼ਨ ਕੁਮਾਰ ਵੱਲੋਂ। ਅੱਛਾ, ਉਹ ਖੁਦ ਉੱਤੇ ਜਾ ਕੇ ਜੋ ਰਿਪੋਰਟ ਦਿੰਦੇ ਆ, ਰਿਪੋਰਟ ਦੇ ਵਿੱਚ ਦੱਸਦੇ ਆ ਕਿ ਬਹੁਤ ਵਧੀਆ ਸਿਸਟਮ ਬਣ ਗਿਆ, ਟੇਲਣ ਤੱਕ ਪਹੁੰਚ ਗਿਆ, ਖਾਲੇ ਬਣ ਗਏ, ਸਾਰਾ ਕੁਝ ਹੋ ਗਿਆ, ਹੈ ਨਾ? ਪਰ ਗਰਾਊਂਡ ਤੇ ਨਹੀਂ ਹੋਇਆ, ਗਰਾਊਂਡ ਤੇ ਤੁਸੀਂ ਗਰਾਊਂਡ ਦੀਆਂ ਤਸਵੀਰਾਂ, ਅਸੀਂ ਗਰਾਊਂਡ ਦੀਆਂ ਤਸਵੀਰਾਂ ਦਿਖਾ ਰਹੇ ਆ, ਦੇਖੋ ਜੀ ਕੀ ਹਾਲਾਤ ਆ ਪੰਜਾਬ ਦੇ, ਆਹ ਹਾਲਾਤ ਦੇਖੋ ਜੀ ਕੀ ਹਾਲਾਤ ਆ, ਇਹ 'ਚ ਕਿਵੇਂ ਪਾਣੀ ਲੰਘੂਗਾ, ਹੈ ਨਾ? ਆਹ ਦੇਖੋ ਸਾਰੇ ਹਾਲਾਤ ਦੇਖੋ ਜੀ, ਇਹਦੇ ਵਿੱਚ ਬੰਦਾ ਨਹੀਂ ਨਿਕਲ ਸਕਦਾ, ਪਾਣੀ ਨਿਕਲਣਾ ਬਹੁਤ ਵੱਡੀ, ਖਾਲਿਆਂ ਦੇ, ਰਜਵਾਹਿਆਂ ਦੇ, ਇਹ ਮਤਲਬ ਕਾਫੀ ਵੱਡੀ ਗਿਣਤੀ ਦੇ ਵਿੱਚ ਆ ਜੀ ਪੰਜਾਬ ਪੱਧਰ ਤੇ ਜਿਹੜਾ ਹੈਗਾ ਇਹ ਡਾਟਾ। ਪਰ ਪੰਜਾਬ ਸਰਕਾਰ, ਚਲੋ ਮਤਲਬ ਉਹ ਦਾਅਵੇ ਵੀ ਕਰ ਰਹੀ ਹੈ, ਅਸੀਂ ਇਹ ਨਹੀਂ ਕਹਿੰਦੇ ਵੀ ਪੰਜਾਬ ਸਰਕਾਰ ਮਤਲਬ ਦਾਅਵੇ ਨਹੀਂ ਕਰ ਰਹੀ ਟੇਲਾਂ ਤੱਕ, ਕੁਛ ਨਾ ਕੁਛ ਏਰੀਏ 'ਚ ਟੇਲਾਂ ਤੱਕ ਪਾਣੀ ਪਹੁੰਚਿਆ, ਪਰ ਜੇ ਪੰਜਾਬ ਦੇ ਸਾਰੇ ਏਰੀਏ ਵਿੱਚ ਗੱਲ ਕਰਾਂਗੇ ਤਾਂ ਸਾਰੇ ਏਰੀਏ 'ਚ ਨਹੀਂ ਪਾਣੀ ਪਹੁੰਚਿਆ ਜੀ। ਤਾਂ ਉਸੇ ਆਧਾਰ 'ਤੇ ਇਹਨਾਂ ਨੇ ਮੈਨੂੰ ਸਸਪੈਂਡ ਕਰਤਾ, ਮੇਰੇ 200 ਪਟਵਾਰੀਆਂ ਦੀ ਚਾਰਜਸ਼ੀਟ ਕਰਤੀ। ਮੈਂ ਇਹਨਾਂ ਦੇ ਲੀਡਰ ਹੋਣ ਦੇ ਨਾਤੇ ਆਪਣੀ ਗੱਲ ਰੱਖਣੀ ਚਾਹੀਦੀ ਕਿ ਮੇਰੇ 200 ਪਟਵਾਰੀ ਦਾ ਤੁਸੀਂ ਦੋਸ਼ ਦੱਸੋ ਜੀ ਕੀ ਆ, ਇਹ ਸ਼ਨੀਵਾਰ ਐਤਵਾਰ ਗਜ਼ਟਡ ਛੁੱਟੀਆਂ ਦੇ ਵਿੱਚ 16-16 ਘੰਟੇ ਲਾ ਕੇ ਕੰਮ ਕਰ ਰਹੇ ਹਨ, ਸਾਨੂੰ ਕੋਈ ਫਿਕਸ ਧੀਏ ਨਹੀਂ ਦਿੰਦੀ ਸਰਕਾਰ, ਸਾਨੂੰ ਕੋਈ ਫਿਕਸ ਧੀਏ ਨਹੀਂ ਮਿਲਦਾ, ਅਸੀਂ ਆਪਣਾ ਤੇਲ ਗੱਡੀਆਂ ਅਤੇ ਮੋਟਰਸਾਈਕਲਾਂ ਤੇਲ ਮਜਾ ਮਜਾ ਕੇ ਕੰਮ ਕਰ ਰਹੇ ਹਾਂ, ਅਸੀਂ ਤਾਂ ਚਾਹੁੰਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਪਾਣੀ ਮਿਲੇ।
ਪਰ ਕ੍ਰਿਸ਼ਨ ਕੁਮਾਰ ਚਾਹੁੰਦਾ ਵੀ ਮੈਨੂੰ ਪੰਜਾਬ ਦੇ ਕਿਸਾਨਾਂ ਕਿਸੂਨਾਂ ਦਾ ਕੋਈ ਚੱਕਰ ਨਹੀਂ, ਮੈਨੂੰ ਤਾਂ ਸਿਰਫ ਆਪਣੀ ਅੰਕੜਿਆਂ ਵਾਲੀ ਚਾਹੀਦੀ ਹੈ। ਅਤੇ ਜੇ ਪੰਜਾਬੀ 'ਚ ਗੱਲ ਕਰਾਂ ਤਾਂ ਗੱਲ ਇੱਥੇ ਆ ਕੇ ਨਿਬੜਦੀ ਹੈ ਕਿ ਇੱਕ SYL ਦਾ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਕੇਸ, ਅਤੇ ਸਿੱਧੇ ਸ਼ਬਦਾਂ ਵਿੱਚ ਗੱਲ ਇਹ ਹੈ ਕਿ ਪੰਜਾਬ ਦੇ ਪਾਣੀਆਂ ਦਾ ਨੁਕਸਾਨ ਕਰਨਾ ਚਾਹੁੰਦਾ, ਕਮਜ਼ੋਰ ਕਰਨਾ ਚਾਹੁੰਦਾ। ਹਾਂ, ਉਹ ਕਿਉਂਕਿ ਪ੍ਰਿੰਸੀਪਲ ਸੈਕਟਰੀ ਆ ਮਹਿਕਮੇ ਦੇ ਹੈੱਡ ਆ, ਉਹਨਾਂ ਨੇ ਇੱਕ ਐਫੀਡੈਵਿਟ ਦਾਖਲ ਕਰਨਾ ਹੁੰਦਾ ਗਾ ਮਹਿਕਮੇ ਉਹਦੇ ਸੁਪਰੀਮ ਕੋਰਟ ਦੇ ਵਿੱਚ, ਅਤੇ ਉਹ ਕਾਗਜ਼ਾਂ ਦਾ ਢਿੱਡ ਭਰ ਕੇ ਪੰਜਾਬ ਦੇ ਪਾਣੀਆਂ ਨੂੰ ਵਾਧੂ ਦਿਖਾ ਕੇ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਨੂੰ ਪਾਣੀ ਦੇਣ ਦੀ ਮਨਸ਼ਾ ਜਿਹੜੀ ਹੈਗੀ ਆ। ਪਰ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਅਸੀਂ ਪੰਜਾਬ ਦੇ ਪੁੱਤ ਹਾਂ, ਪੰਜਾਬ ਦੇ ਕਿਸਾਨ ਹਾਂ, ਅਤੇ ਮਤਲਬ ਅਸੀਂ ਇਹ ਕ੍ਰਿਸ਼ਨ ਕੁਮਾਰ ਜਿਹੜੀ ਮਨਸ਼ਾ ਇਹ ਅਸੀਂ ਪੂਰੀ ਨਹੀਂ ਹੋਣ ਦੇਵਾਂਗੇ। ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਬੜੇ ਵੱਡੇ ਪੱਧਰ 'ਤੇ ਇਹ ਕ੍ਰਿਸ਼ਨ ਕੁਮਾਰ ਧਮਕੀਆਂ ਦੇ ਰਿਹਾ ਵਟਸਐਪ ਕਾਲ 'ਤੇ। ਔਰ ਇੱਕ ਨਵੀਂ ਤੁਹਾਨੂੰ ਹੋਰ ਗੱਲ ਦੱਸਾਂ, ਇੱਕ ਅਜੀਤ ਅਖਬਾਰ ਦੇ ਪੱਤਰਕਾਰ ਨੇ, ਇੱਕ ਅਸੀਂ ਅਜੀਤ ਅਖਬਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਮੁੱਦਾ ਚੱਕਿਆ ਸੀ 326 ਕਰੋੜ ਵਾਟਰ ਸੈਸ ਦਾ, ਅਤੇ ਇੱਕ ਐਕਸੀਅਨ ਵੱਲੋਂ ਪ੍ਰਿੰਸੀਪਲ ਸੈਕਟਰੀ ਦੇ ਕਹਿਣ 'ਤੇ ਕ੍ਰਿਸ਼ਨ ਕੁਮਾਰ ਦੇ 'ਤੇ ਇੱਕ ਪੱਤਰਕਾਰ ਨੂੰ ਧਮਕੀ ਦਿੱਤੀ ਗਈ ਹੈ ਜੀ। ਅਤੇ ਮੈਂ ਕਿਹੜੇ ਬਾਗ ਦੀ ਮੂਲੀ ਹਾਂ, ਮੈਂ ਤਾਂ ਇੱਕ ਮਜ਼ਦੂਰ ਵਰਗ ਦਾ ਬੱਚਾ, ਮੇਰੇ ਕੋਲ ਤਾਂ ਕੋਈ ਜ਼ਮੀਨ ਜਾਇਦਾਦ ਵੀ ਹੈ ਨਹੀਂ, ਮੇਰੇ ਕੋਲ ਤਾਂ ਇੱਕ ਵੀ ਓੜਾ ਜ਼ਮੀਨ ਦਾ ਨਹੀਂ। ਪਰ ਅਸੀਂ ਪੰਜਾਬ ਦੇ ਲੋਕਾਂ ਦਾ ਦਰਦ ਸਮਝਦੇ ਹਾਂ, ਪੰਜਾਬ ਦੇ ਕਿਸਾਨਾਂ ਦਾ ਦਰਦ ਸਮਝਦੇ ਹਾਂ, ਅਤੇ ਜੇਕਰ ਇਹ ਪ੍ਰਿੰਸੀਪਲ ਸੈਕਟਰੀ ਇੱਕ ਪੱਤਰਕਾਰ ਨੂੰ ਅਜੀਤ ਦੇ ਐਡੇ ਵੱਡੇ ਅਖਬਾਰ ਨੂੰ ਧਮਕੀ ਦੇ ਸਕਦਾ ਤਾਂ ਮੈਨੂੰ ਵੀ ਇਹ ਧਮਕੀ ਦਿੱਤੀ ਹੈ। ਇਸ ਕਰਕੇ ਮੈਂ ਤੁਹਾਨੂੰ ਫੋਨ 'ਤੇ ਧਮਕੀ ਦਿੱਤੀ, ਮੈਨੂੰ ਫੋਨ 'ਤੇ ਧਮਕੀ ਦਿੱਤੀ ਆ, ਮੈਨੂੰ CM ਸਾਹਿਬ ਦਾ ਨਾਮ ਲੈ ਕੇ ਧਮਕੀ ਦਿੱਤੀ ਆ ਕਿ ਮੈਂ CM ਸਾਹਿਬ ਨੂੰ ਕਹਿ ਕੇ ਤੈਨੂੰ ਅੱਜ ਤੋਂ ਬਾਅਦ ਅੱਜ ਤੈਨੂੰ ਮੈਂ ਸਸਪੈਂਡ ਕਰਨ ਲੱਗਿਆ, ਤੇਰਾ ਜਿਹੜਾ ਹੈੱਡਕੁਆਟਰ ਪਠਾਨਕੋਟ ਬਣਾਉਣ ਜਾ ਰਿਹਾ, ਔਰ ਅੱਜ ਤੇਰੀ ਲਾਸਟ ਤਰੀਕ ਹੈ ਜਿਹੜੀ 8 ਤਰੀਕ ਤੋਂ ਬਾਅਦ ਤੂੰ ਪੰਜਾਬ ਦੇ ਜਲ ਸਰੋਤ ਮਹਿਕਮੇ ਦੇ ਵਿੱਚ ਇੱਦੂ ਬਾਅਦ ਤਨਖਾਹ ਨਹੀਂ ਲੈ ਸਕਦਾ। ਇਹ ਦੇਖੋ ਕਿੱਡੀ ਤਾਨਾਸ਼ਾਹੀ ਹੈ ਜੀ, CM ਸਾਹਿਬ ਦਾ ਨਾਮ ਵਰਤ ਰਿਹਾ ਬੰਦਾ, ਅਤੇ ਦੇਖੋ ਬੰਦਾ ਅਜੀਤ ਅਖਬਾਰ ਨੂੰ ਧਮਕੀ ਦੇ ਰਿਹਾ, ਅਤੇ ਮਤਲਬ ਦੇਖੋ ਤੁਹਾਡੇ ਸਾਹਮਣੇ ਐਡਾ ਤਾਨਾਸ਼ਾਹੀ ਤਾਂ ਬਿਲਕੁਲ ਗਲਤ ਆ ਜੀ। ਰੰਜਿਸ਼ ਕਿਉਂ ਹੈਗੀ? ਰੰਜਿਸ਼ ਤਾਂ ਸਰ ਅਸੀਂ ਸਹੀ ਗੱਲ ਕਹੀ ਹੈ, ਅਸੀਂ ਕਿਹਾ ਵੀ ਪੰਜਾਬ ਦੇ ਜਿਹੜਾ ਗਰਾਊਂਡ 'ਤੇ ਜਿਹੜੇ ਪੰਜਾਬ ਦੇ ਖੇਤਾਂ ਦੇ ਪੰਜਾਬ ਦੇ ਏਰੀਏ ਦੇ ਵਿੱਚ ਇਹ ਹਾਲਾਤ ਆ ਗਏ, ਅਸੀਂ ਕੰਮ ਕਰਨਾ ਚਾਹੁੰਦੇ। ਅਸੀਂ ਤਾਂ ਖੁਦ ਕਹਿ ਰਹੇ ਹਾਂ ਕਿ ਜਿਹੜਾ ਪੰਜਾਬ ਦੇ ਖੇਤਾਂ ਤੱਕ ਪਾਣੀ ਪਹੁੰਚਣਾ ਚਾਹੀਦਾ, ਅਸੀਂ ਬਿਲਕੁਲ ਅਸੀਂ ਵਚਨਬੱਧ ਹਾਂ, ਅਸੀਂ ਪੰਜਾਬ ਤੋਂ ਤਨਖਾਹ ਲੈਂਦੇ ਹਾਂ, ਅਸੀਂ ਕੋਈ ਪੰਜਾਬ ਸਰਕਾਰ ਦਾ ਟਾਈਮ ਪਾਸ ਨਹੀਂ ਕਰਨਾ ਚਾਹੁੰਦੇ। ਅਤੇ ਸਰ ਮਤਲਬ ਕ੍ਰਿਸ਼ਨ ਕੁਮਾਰ ਦੀ ਤਾਂ ਇਹੀ ਮਨਸ਼ਾ ਕਿ ਤੁਸੀਂ ਕਾਗਜ਼ਾਂ 'ਚ ਕਰ ਦਿਓ ਜੀ, ਕਾਗਜ਼ਾਂ 'ਚ ਬਿਲਕੁਲ ਅਸੀਂ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੇ ਕਿਸਾਨਾਂ ਨਾਲ ਧੋਖਾ ਨਹੀਂ, ਪਾਣੀ ਪਹੁੰਚਦਾ ਨਹੀਂ। ਤੁਸੀਂ ਕਹਿੰਦੇ ਹੋ ਕਿ ਕਾਗਜ਼ਾਂ 'ਚ ਦਿਖਾਉਣਾ ਅਸੀਂ ਹੈ, ਜਿੰਨਾ ਚਿਰ ਸਰ ਜਮ੍ਹਾਂ ਨਹੀਂ ਪਾਣੀ ਪਹੁੰਚਦਾ, ਜਿੰਨਾ ਚਿਰ ਹਾਲਾਤ ਜਿਹੜੇ ਪੰਜਾਬ ਦੇ, ਅਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਜੇ ਭਾਵੇਂ ਪੰਜਾਬ ਦਾ ਕੋਈ ਵੀ ਮੋਗਾ, ਪੰਜਾਬ ਦੀ ਇੱਕ ਸਾਡੀ ਦਫਾ 68 ਦੀ ਬਾਰੀ ਹੁੰਦੀ ਹੈ, 12 ਬੰਦੀ ਕਹਿੰਦੇ ਹਾਂ ਅਸੀਂ, ਉਹ 'ਚ ਅਸੀਂ ਪਾਣੀ ਵੰਡਿਆ ਹੁੰਦਾ ਕਿਸਾਨਾਂ ਨੂੰ 168 ਘੰਟਿਆਂ ਦੇ, ਅਤੇ ਕੋਈ ਵੀ 12 ਬੰਦੀ ਚੱਕ ਲਏ, ਜੇ 5 ਏਕੜ ਦਾ ਪਾਣੀ ਮਿਲਿਆ ਇੱਕ ਕਿਸਾਨ ਨੂੰ, ਤਾਂ 5 ਏਕੜ ਪਾਣੀ ਦੇ ਹਿਸਾਬ ਨਾਲ ਕਿਸਾਨ ਨੂੰ 1 ਏਕੜ ਮਸਾਂ ਬੜੀ ਜ਼ੋਰ ਨਾਲ 1 ਏਕੜ ਰਕਮ ਆ ਉਹਦਾ ਰਮਦਾ ਗਾ 5 ਏਕੜ ਦੀ ਬਾਰੀ ਨਾਲ। ਅਸੀਂ ਸਰਕਾਰ ਨੂੰ ਕਹਿੰਦੇ ਹਾਂ ਜੇਕਰ ਤੁਸੀਂ 5 ਏਕੜ ਦੀ ਬਾਰੀ ਦਿੱਤੀ ਆ ਕਿਸਾਨ ਨੂੰ ਮਹਿਕਮੇ ਵੱਲੋਂ, ਤਾਂ 5 ਏਕੜ ਦੀ ਰਕਮੇ ਬਾਰੀ ਦੇਣ ਨਾਲ ਪੰਜ ਦੇ ਪੰਜ ਏਕੜ ਤਾਂ ਰਮ ਸਕਦੇ ਆ, 5 ਦੇ 5 ਏਕੜਾਂ ਨੂੰ ਤਾਂ ਪਾਣੀ ਲੱਗ ਸਕਦਾ। ਜੇਕਰ ਤੁਸੀਂ ਇਹਨਾਂ ਮੋਗਿਆਂ ਦਾ ਸਾਈਜ਼ ਵਧਾਓਗੇ ਘੱਟੋ ਘੱਟ 3.5 ਜੋ ਵੀ ਫੈਕਟਰ ਚੱਲ ਰਿਹਾ, ਕਿਉਂਕਿ ਫੈਕਟ ਤਾਂ ਉਹਨੂੰ ਤੁਸੀਂ 6 ਗੁਣਾ ਕਰੋਗੇ ਤਾਂ ਜਾ ਕੇ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਪਹੁੰਚ ਸਕਦਾ। ਔਰ ਰਜਵਾਹਿਆਂ ਦੀ, ਮੋਗਿਆਂ ਦੀ, ਖਾਲਾਂ ਦੀ ਹਾਲਾਤ ਬਹੁਤ ਸੁਧਾਰਨੀ ਪੈਣੀ। ਅੱਛਾ, ਮੈਨੂੰ ਦੱਸੋ ਤੁਸੀਂ ਚਾਹੁੰਦੇ ਕਿਉਂ ਹੋ, ਤੁਸੀਂ ਤੁਹਾਡਾ ਮੰਗ ਕੀ ਹੈਗੀ? ਸਾਡੀ ਸਰ ਇਹ ਮੰਗ ਆ ਕਿ ਸਾਨੂੰ ਪੰਜਾਬ ਨਾਲ ਦਰਦ ਆ, ਸਾਨੂੰ ਪੰਜਾਬ ਦੇ ਕਿਸਾਨਾਂ ਨਾਲ ਦਰਦ ਆ, ਸਾਨੂੰ ਪੰਜਾਬ ਦੇ ਲੋਕਾਂ ਨਾਲ ਦਰਦ ਆ। ਅਸੀਂ ਕਹਿੰਦੇ ਹਾਂ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਜਿਹੜਾ ਕ੍ਰਿਸ਼ਨ ਕੁਮਾਰ ਆ IAS, ਇਹ ਹਰਿਆਣੇ ਨਾਲ ਸੰਬੰਧਿਤ ਅਫਸਰ ਆ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਨੂੰ ਇਹ ਗੁੰਮਰਾਹ ਕਰ ਰਿਹਾ, ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਅਸੀਂ ਆਪਦੇ ਪੱਧਰ 'ਤੇ ਵੀ ਇਹਦੀ ਜਾਂਚ ਕਰਾਵਾਂਗੇ।
ਔਰ ਮੁੱਖ ਮੰਤਰੀ ਸਾਹਿਬ ਕਿ ਤੁਸੀਂ ਆਪ ਇਸ ਦੀ ਕਮਾਂਡ ਸੰਭਾਲੋ ਮਹਿਕਮੇ ਦੀ ਅਤੇ ਇਹਨੂੰ ਮਹਿਕਮੇ ਵਿੱਚੋਂ ਚੱਲਦਾ ਕਰੋ ਤਾਂ ਕਿ ਜਿਹੜਾ ਮਹਿਕਮੇ ਦਾ ਜਿਹੜਾ ਪੱਖ ਆ ਐਸ ਵਾਈ ਐਲ ਦੇ ਮੁੱਦੇ 'ਤੇ ਕਮਜ਼ੋਰ ਨਾ ਕੀਤਾ ਜਾ ਸਕੇ। ਤੁਹਾਡੀ ਆਪਣੀ ਵੀ ਕੋਈ ਮੰਗ ਹੈਗੀ ਆ ਜਿਹੜੇ ਮੁਲਾਜ਼ਮਾਂ ਦੇ ਨਾਲ ਸੰਬੰਧਿਤ 200 ਬੰਦੇ ਜਿਹੜੇ ਹੈਗੇ ਆ? ਸਰ ਸਾਡੀ ਮੰਗ ਇਹੀ ਹੈ ਜੀ ਕਿ ਸਾਡੇ ਜਿਹੜੇ 200 ਸਾਥੀ ਆ ਪਟਵਾਰੀ ਉਹਨਾਂ ਦੀਆਂ ਚਾਰ ਸੀਟਾਂ ਰੱਦ ਕੀਤੀਆਂ ਜਾਣ, ਅਤੇ ਜਿਹੜਾ ਮੈਨੂੰ ਇਹਨਾਂ ਨੇ ਬਠਿੰਡੇ ਤੋਂ ਸਸਪੈਂਡ ਕਰਕੇ ਪਠਾਨਕੋਟ ਲਾਇਆ ਉਹ ਰੱਦ ਕੀਤਾ ਜਾਵੇ। ਅਸੀਂ ਕਹਿੰਦੇ ਹਾਂ ਕਿ ਗਰਾਊਂਡ ਦੇ ਹਾਲਾਤ ਤੁਸੀਂ ਸੁਧਾਰੋ, ਅਸੀਂ ਕੰਮ ਕਰਨ ਨੂੰ ਤਿਆਰ ਹਾਂ। ਔਰ ਇੱਕ ਅਸੀਂ ਅਪੀਲ ਹੋਰ ਕਰਨਾ ਚਾਹੁੰਦੇ ਤੁਹਾਡੇ ਮਾਧਿਅਮ ਰਾਹੀਂ ਕਿ ਅਸੀਂ 16 ਤਰੀਕ ਤੋਂ ਕਲਮ ਛੋੜ ਹੜਤਾਲ 'ਤੇ ਚੱਲ ਰਹੇ ਸੀ ਅਤੇ ਅਸੀਂ ਆਪਣੇ ਪਰਿਵਾਰ 16 ਮਈ ਤੋਂ, ਅਤੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਵੀ ਮੀਟਿੰਗ ਕੀਤੀ ਗਈ। ਸਾਨੂੰ ਉਹਨਾਂ ਨੇ ਅਪੀਲ ਕੀਤੀ ਆ ਔਰ ਅਸੀਂ ਉਹਨਾਂ ਦੀ ਅਪੀਲ ਨੂੰ ਸਮਝਦੇ ਹੋਏ ਲੋਕਾਂ ਦਾ ਦਰਦ ਸਮਝਦੇ ਹੋਏ, ਕਿਉਂਕਿ ਸਾਡਾ ਮੁੱਦਾ ਨਹੀਂ ਇਹ, ਪੰਜਾਬ ਦੇ ਲੋਕਾਂ ਦਾ, ਪਾਣੀਆਂ ਦਾ ਮੁੱਦਾ ਅਤੇ ਝੋਨੇ ਦਾ ਸੀਜ਼ਨ ਆ, ਪਾਣੀ ਦੀ ਲੋੜ ਆ ਲੋਕਾਂ ਨੂੰ। ਉਸ ਕਰਕੇ ਅਸੀਂ ਕਿਸਾਨ ਜਥੇਬੰਦੀ ਦੀ ਅਪੀਲ 'ਤੇ ਆਪਦੀ ਜਿਹੜੀ ਕਲਮ ਛੋੜ ਹੜਤਾਲ ਆ ਗਈ ਉਹ ਕੁਛ ਸਮੇਂ ਤੱਕ ਮੁਲਤਵੀ ਕਰਦੇ ਹਾਂ। ਔਰ ਮੈਂ ਸਾਡੇ ਪਟਵਾਰੀ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਆਪਾਂ ਕੱਲ੍ਹ ਤੋਂ ਆਪਣੇ ਆਪਣੇ ਕੰਮਾਂ 'ਤੇ ਵਾਪਸ ਆਉਣਾ। ਆਪਾਂ ਕਿਸਾਨ ਭਾਈਚਾਰੇ ਦੀ ਅਪੀਲ ਜਿਹੜੀ ਆਪਾਂ ਬਿਲਕੁਲ ਨਹੀਂ ਰੱਦ ਕਰ ਸਕਦੇ, ਕਿਉਂਕਿ ਆਪਣਾ ਕਿਸਾਨਾਂ ਨਾਲ 9 ਮਾਸ ਦਾ ਰਿਸ਼ਤਾ। ਉਸ ਕਰਕੇ ਅਸੀਂ ਕੱਲ੍ਹ ਨੂੰ ਕੰਮ 'ਤੇ ਆ ਰਹੇ ਹਾਂ ਔਰ ਕਿਸਾਨਾਂ ਵੱਲੋਂ ਸਾਨੂੰ ਵਿਸ਼ਵਾਸ ਦਵਾਇਆ ਗਿਆ, ਜਥੇਬੰਦੀਆਂ ਵੱਲੋਂ ਸਾਨੂੰ ਵਿਸ਼ਵਾਸ ਦਵਾਇਆ ਗਿਆ ਕਿ ਤੁਹਾਡਾ ਕੋਈ ਨਿੱਜੀ ਮੁੱਦਾ ਨਹੀਂ ਇਹ, ਅਸੀਂ ਤੁਹਾਡੇ ਨਾਲ ਲੜਾਈ ਲੜਾਂਗੇ। ਠੀਕ, ਉਸ ਕਰਕੇ ਧੰਨਵਾਦ। ਤਾਂ ਲਗਾਤਾਰ ਜਿਹੜਾ ਹੈਗਾ ਉਹ ਦਾਅਵੇ ਕੀਤੇ ਜਾ ਰਹੇ ਕਿ ਦਬਾਅ ਪਾਇਆ ਜਾ ਰਿਹਾ ਪਾਣੀਆਂ ਦੇ ਮਸਲੇ ਦੇ ਉੱਤੇ। ਕਿਹਾ ਜਾ ਰਿਹਾ ਕਿ ਟੇਲ ਐਂਡ 'ਤੇ ਜਿਹੜਾ ਪਾਣੀ ਪਹੁੰਚ ਰਿਹਾ ਉਹਨੂੰ 100% ਦਿਖਾਇਆ ਜਾਵੇ, ਲੇਕਿਨ ਜਿਹੜੇ ਤਮਾਮ ਜਿਹੜੇ ਨਹਿਰੀ ਪਟਵਾਰੀ ਹੈਗੇ ਆ ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਅਸੀਂ ਇਸ ਤਰੀਕੇ ਦਾ ਗਲਤ ਕੰਮ ਨਹੀਂ ਕਰ ਸਕਦੇ। ਤਾਂ ਇਸੇ ਦੇ ਚੱਕਰ ਦੇ ਵਿੱਚ 200 ਦੇ ਨੇੜੇ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ, ਚਾਰਜਸ਼ੀਟ ਤੱਕ ਕਰ ਦਿੱਤਾ ਗਿਆ। ਤਾਂ ਹਾਲ ਫਿਲਹਾਲ ਹੁਣ ਕੁਛ ਮੰਗਾਂ ਨੂੰ ਲੈ ਕੇ ਅੱਜ ਇਹ ਮੀਡੀਆ ਦੇ ਮੁਖਾਤਬ ਹੋਏ ਨੇ। ਕੈਮਰਾਮੈਨ ਬਨੀ ਚੌਹਾਨ ਦੇ ਨਾਲ ਰਵਿੰਦਰ ਮੀਤ, PTC ਨਿਊਜ਼, ਚੰਡੀਗੜ੍ਹ।